धन धन बाबा नंद सिंह जी महाराज नानकसर कलेरां वाले उन्होंने प्रथम हजूरी सेवक बाबा हजूरा सिंह जी महाराज उन्होंने वरसाए धन धन बाबा जगरूप सिंह जी महाराज उन्होंने तप स्थान से गुरुद्वारा बौली साहब विखे संगतां दे सहयोग नाल नवी बिल्डिंग की उसारी की गई। इस मौके धार्मिक समागम करवाया गया जिस मौके संगतां दूरों दूरों नतमस्तक हुई। इस मौके गुरु के लंगर भी टुट वरताए गए जिन्हों वालों संगतों को बड़ी ही श्रद्धा नाल छकया गया। साई टीम ने बाबा जी नाल गलबात की जिन्होंने सानू इस स्थान बारे जानकारी दी। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਬੀਰ ਸੇਵਾ ਕੋ ਦੋਏ ਭਲੇ ਏਕ ਸੰਤ ਕਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਦੇ ਮਹਾਂਵਾਕਾਂ ਅਨੁਸਾਰ ਸਾਧ ਸੰਗਤ ਜੋ ਮਹਾਂਪੁਰਖ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਜਿਨ੍ਹਾਂ ਦੇ ਪ੍ਰਥਮ ਪਰਮ ਹਜੂਰੀ ਸੇਵਕ ਧੰਨ ਧੰਨ ਬਾਬਾ ਹਜੂਰਾ ਸਿੰਘ ਜੀ ਜਿਨ੍ਹਾਂ ਤੋਂ ਵਰੋਸਾਏ ਮਹਾਂਪੁਰਖ ਧੰਨ ਧੰਨ ਬਾਬਾ ਜਗਰੂਪ ਸਿੰਘ ਜੀ ਮਹਾਂਪੁਰਖਾਂ ਦਾ ਤਪ ਸਥਾਨ ਬੌਲੀ ਸਾਹਿਬ ਗੁਰਦੁਆਰਾ ਸਾਹਿਬ ਜਿਸ ਦੇ ਅੱਜ ਸੰਗਤਾਂ 'ਤੇ ਮਹਾਨ ਕਿਰਪਾ ਬਖਸ਼ਿਸ਼ ਸਤਿਗੁਰਾਂ ਦੀ ਹੋਈ ਹੈ ਜੋ ਕਿ ਇਸ ਅਸਥਾਨ ਨੂੰ ਸਾਰੀ ਬਿਲਡਿੰਗ ਨਵੀਂ ਬਣੀ ਹੈ ਨਵੀਂ ਉਸਾਰੀ ਹੋਈ ਹੈ ਉਸੇ ਅਸਥਾਨ ਦੀ ਬੌਲੀ ਸਾਹਿਬ ਦੀ ਸੋ ਆਪ ਜੀ ਦੀ ਕਿਰਪਾ ਦਾ ਸਦਕਾ ਸਮੂਹ ਸੰਗਤ ਨੇ ਮਿਲ ਕਰਕੇ ਬੜੇ ਹੀ ਪ੍ਰੇਮ ਅਤੇ ਸ਼ਰਧਾ ਦੇ ਨਾਲ ਸੇਵਾ ਅਤੇ ਸਿਮਰਨ ਕੀਤਾ ਜੋ ਅੱਜ ਪਵਿੱਤਰ ਸਥਾਨ ਬੌਲੀ ਸਾਹਿਬ ਸੱਚਖੰਡ ਜੋ ਤਿਆਰ ਹੋਏ ਨੇ ਨਵੇਂ ਅਸਥਾਨ ਸਾਰੇ ਉਸਾਰੀ ਹੋਈ ਹੈ ਸਤਿਗੁਰਾਂ ਦੇ ਸੋਹਣੇ ਸਿੰਘਾਸਣ ਸੱਜ ਚੁੱਕੇ ਨੇ ਸੋ ਥੋੜ੍ਹੇ ਸਮੇਂ ਦੇ ਵਿੱਚ ਸਤਿਗੁਰੂ ਆਪਣੇ ਸਿੰਘਾਸਣਾਂ 'ਤੇ ਆਉਣਗੇ ਸੋ ਸੰਗਤਾਂ ਅੱਜ ਬਹੁਤ ਹੀ ਪ੍ਰੇਮ ਅਤੇ ਸ਼ਰਧਾ ਦੇ ਨਾਲ ਸੇਵਾ ਅਤੇ ਸਿਮਰਨ ਕਰ ਰਹੇ ਨੇ ਉਦਘਾਟਨ ਹੋ ਜਾਣਾ ਅੱਜ ਇਸ ਸਥਾਨ ਦਾ ਜੋ ਕਿ ਸਾਧ ਸੰਗਤ ਧੰਨ ਧੰਨ ਬਾਬਾ ਆਨੰਦ ਸਿੰਘ ਮਹਾਂਪੁਰਖਾਂ ਦੀ ਸਾਲਾਨਾ ਬਰਸੀ ਵੀ ਪ੍ਰਾਰੰਭ ਹੈ ਜੋ ਕਿ ਅੱਜ ਹੀ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋ ਜਾਣੇ ਨੇ ਜਿਨ੍ਹਾਂ ਦੇ ਭੋਗ 29 ਤਰੀਕ ਨੂੰ ਪੈਣੇ ਨੇ ਸਮੇਂ ਦੇ ਨਾਲ ਸਾਰੀ ਸੰਗਤ ਨੂੰ ਬੇਨਤੀ ਹੈ ਪਹੁੰਚਣਾ ਭਾਈ ਦਰਸ਼ਨ ਕਰੋ ਆਪਣੇ ਜੀਵਨ ਦੇ ਵਿੱਚ ਲਾਹਾ ਲਓ ਸੋ ਜੋ ਪਵਿੱਤਰ ਸਥਾਨ ਬੌਲੀ ਸਾਹਿਬ ਦੀ ਕਾਰ ਸੇਵਾ ਚੱਲੀ ਹੈ ਅਤੇ ਅਗਾਂਹ ਵਾਸਤੇ ਵੀ ਚੱਲਦੀ ਰਹਿਣੀ ਹੈ ਸੋ ਇਹ ਸਾਰਾ ਸਹਿਯੋਗ ਆਪ ਸੰਗਤਾਂ ਦਾ ਹੈ ਬਾਬਾ ਜੀ ਦੇ ਪਿਆਰ ਵਾਲੇ ਸੇਵਕਾਂ ਸੰਗੀਆਂ ਵੱਲੋਂ ਇਹ ਸੇਵਾ ਕੀਤੀ ਗਈ ਹੈ ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਸੋ ਇਹ ਕਾਰਜ ਜਿਹੜੇ ਹੁੰਦੇ ਨੇ ਇਹ ਸੰਗਤਾਂ ਦੇ ਹੀ ਹੁੰਦੇ ਨੇ ਸੰਗਤਾਂ ਨੇ ਕਰਨੇ ਹੁੰਦੇ ਨੇ ਇੱਕ ਮਹਾਂਪੁਰਖਾਂ ਦਾ ਉਪਰਾਲਾ ਹੁੰਦਾ ਉਹ ਸਾਡੇ ਲਈ ਤੇਰੇ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉਂ ਲੈਣ ਮਿਲਾਏ ਸੋ ਪਵਿੱਤਰ ਸਥਾਨ ਹੈ ਜਿੱਥੇ ਕਿ ਸਤਿਗੁਰਾਂ ਦੇ ਬਚਨ ਨੇ ਸੁੰਦਰ ਸੁਆਮੀ ਧਾਮ ਭਗਤੈ ਵਿਸਰਾਮ ਆਸਾ ਲੱਗ ਜੀਵ ਤੇ ਜੀਓ ਸੋ ਅੱਜ ਇਸ ਸਥਾਨ ਦਾ ਉਦਘਾਟਨ ਹੈ ਸਤਿਗੁਰਾਂ ਨੇ ਆਪਣੇ ਸੋਹਣੇ ਸਿੰਘਾਸਣਾਂ 'ਤੇ ਬਿਰਾਜਮਾਨ ਹੋ ਜਾਣਾ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਭਾਈ ਜਿੱਥੇ ਮੁੱਖ ਸੇਵਾਦਾਰ ਬਾਬਾ ਜੀਵਾ ਸਿੰਘ ਜੀ ਅਤੇ ਹੋਰ ਸੰਗਤਾਂ ਨੇ ਬਹੁਤ ਹੀ ਪਿਆਰ ਅਤੇ ਪ੍ਰੇਮ ਅਤੇ ਸ਼ਰਧਾ ਦੇ ਨਾਲ ਇਹ ਸੇਵਾ ਨਿਭਾਈ ਹੈ ਉੱਥੇ ਅੱਗੋਂ ਵਾਸਤੇ ਵੀ ਆਪਾਂ ਸਾਰਿਆਂ ਨੇ ਇਸੇ ਤਰ੍ਹਾਂ ਜੁੜੇ ਰਹਿਣਾ ਗੁਰੂ ਦੇ ਚਰਨਾਂ ਨਾਲ ਗੁਰੂ ਦੀ ਸੋਭਾ ਕਰਨ ਦੇ ਲਈ ਗੁਰੂ ਦੀ ਉਸਤਤ ਕਰਨ ਦੇ ਲਈ ਸਦਾ ਹੀ ਅਸਥਾਨ 'ਤੇ ਜਦੋਂ ਵੀ ਸਮਾਂ ਬਣਦਾ ਆ ਕੇ ਹਾਜ਼ਰੀਆਂ ਲਵਾਓ
ते सतगुरां दीआं खुशियां प्राप्त करो भाई। वाहिगुरू जी का खालसा, वाहिगुरू जी की फतह। ਵਾਹਿਗੁਰੂ ਗੁਰੂ ਨਾਨਕ ਸਾਹਿਬ। ਧੰਨ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ, ਧੰਨ ਧੰਨ ਬਾਬਾ ਹਜੂਰਾ ਸਿੰਘ ਮਹਾਰਾਜ ਜੀ ਸਾਡੇ ਰਹਿਬਰ, ਧੰਨ ਧੰਨ ਬਾਬਾ ਜਗਰੂਪ ਸਿੰਘ ਮਹਾਰਾਜ ਜੀ ਦੀ ਅਪਾਰ ਕਿਰਪਾ ਹੋਈ ਹੈ। ਸਤਿਗੁਰਾਂ ਨੇ ਬੜੀ ਮਿਹਰ ਕੀਤੀ ਹੈ, ਸਾਰੀ ਸੰਗਤ ਦੇ ਸਹਿਯੋਗ ਨਾਲ, ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਹ ਅਸਥਾਨ ਬੌਲੀ ਸਾਹਿਬ ਤਪ ਅਸਥਾਨ ਅੱਜ ਤਿਆਰ ਹੋਇਆ। ਅਤੇ ਅੱਜ ਦੇ ਦਿਨ ਬਾਬਾ ਜੀ ਦੀ ਬਰਸੀ ਵੀ ਸ਼ੁਰੂ ਹੋਈ ਹੈ ਅਤੇ ਸਤਿਗੁਰੂ ਦਾ ਪ੍ਰਕਾਸ਼ ਵੀ ਨਵੀਂ ਬਿਲਡਿੰਗ ਦੇ ਵਿੱਚ ਨਵੇਂ ਆਸਣ 'ਤੇ ਆਪ ਸਤਿਗੁਰੂ ਆ ਕੇ ਬਿਰਾਜਮਾਨ ਹੋਣਗੇ। ਪਰ ਥੋੜ੍ਹੇ ਸਮੇਂ ਤੱਕ ਹੀ ਇਹ ਸਾਰੀ ਮਰਿਆਦਾ ਹੋਵੇਗੀ। ਸੋ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਇਹ ਅਸਥਾਨ 'ਤੇ। ਧੰਨ ਧੰਨ ਬਾਬਾ ਹਜੂਰਾ ਸਿੰਘ ਮਹਾਰਾਜ ਜੀ ਦਾ ਚਰਨ ਲੱਗਿਆ ਹੋਇਆ ਅਤੇ ਬਾਬਾ ਜਗਰੂਪ ਸਿੰਘ ਮਹਾਰਾਜ ਜੀ ਨੇ ਆਪਣਾ ਹੱਥ ਦੇ ਨਿਸ਼ਾਨ ਲਾਏ ਹੋਏ ਆ। ਇਹ ਪੁਰਾਤਨ ਉਸੇ ਤਰ੍ਹਾਂ ਹੀ ਰੱਖਿਆ, ਸਾਰਾ ਕੁਛ ਕਿਸੇ ਚੀਜ਼ ਨੂੰ ਵੀ ਬਦਲਿਆ ਨਹੀਂ ਗਿਆ, ਉਸੇ ਨੀਹਾਂ ਦੇ ਉੱਤੇ ਨੀਹਾਂ ਰੱਖ ਕੇ ਹੀ ਇਹ ਸਾਰੀ ਕੀਤੀ ਗਈ ਆ। ਬੜੀ ਕਿਰਪਾ ਕੀਤੀ ਹੈ ਬਾਬਾ ਜੀ ਨੇ, ਮਿਹਰ ਕੀਤੀ ਹੈ ਸਮੂਹ ਸਾਧ ਸੰਗਤ ਨੇ। ਸੋ ਆਓ ਅੱਗੇ ਦਰਸ਼ਨ ਕਰਾਈਏ ਤੁਹਾਨੂੰ। ਇਹ ਬਾਬਾ ਜੀ ਦਾ ਭੋਰਾ ਜਿਹਦੇ ਵਿੱਚ ਬਾਬਾ ਹਜੂਰਾ ਸਿੰਘ ਮਹਾਰਾਜ ਜੀ ਆਪ ਬੈਠ ਕੇ ਸੰਗਤਾਂ ਨੂੰ ਮਿਲਦੇ ਹੁੰਦੇ ਸੀ ਅਤੇ ਸਤਿਗੁਰੂ ਦੀ ਸੇਵਾ ਕਰਦੇ ਸੀ। ਇਸ ਸਥਾਨ 'ਤੇ ਬਾਬਾ ਜੀ ਦਾ ਆਸਣ ਸਜਾਇਆ ਗਿਆ, ਸੋਹਣੀ ਪਾਲਕੀ ਸ਼ੀਸ਼ ਮਹਿਲ ਦੇ ਵਿੱਚ। ਸੋ ਬਾਬਾ ਜੀ ਇੱਥੇ ਬੈਠ ਕੇ ਧੰਨ ਧੰਨ ਬਾਬਾ ਹਜੂਰਾ ਸਿੰਘ ਮਹਾਰਾਜ, ਬਾਬਾ ਆਨੰਦ ਸਿੰਘ ਮਹਾਰਾਜ ਜੀ ਦੇ ਪ੍ਰਥਮ ਪਰਮ ਹਜੂਰੀ ਸੇਵਕ ਧੰਨ ਧੰਨ ਬਾਬਾ ਹਜੂਰਾ ਸਿੰਘ ਮਹਾਰਾਜ ਇਸ ਸਥਾਨ 'ਤੇ ਬੈਠ ਕੇ ਸੰਗਤਾਂ ਨੂੰ ਭਗਤਾਉਂਦੇ ਸੀ, ਮਿਲਦੇ ਸੀ, ਬੇਨਤੀ ਸੁਣਦੇ ਸੀ ਅਤੇ ਉਹਨਾਂ ਨੂੰ ਗੁਰੂ ਦੇ ਚਰਨਾਂ ਨਾਲ ਜੋੜਦੇ ਸਨ ਅਤੇ ਬਾਣੀ ਦੇ ਨਾਲ ਜੋੜਦੇ ਸਨ। ਸਤਿਗੁਰੂ ਦੀ ਸੇਵਾ ਬਾਬਾ ਜੀ ਨੇ ਆਪਣਾ ਸਾਰਾ ਜੀਵਨ ਇਸੇ ਸਥਾਨ 'ਤੇ ਬੈਠ ਕੇ ਕੀਤੀ, ਆਪਣਾ ਸਾਰਾ ਜੀਵਨ ਸਤਿਗੁਰੂ ਦੀ ਸੇਵਾ ਵਿੱਚ ਸਾਦਗੀ ਦੇ ਵਿੱਚ ਹੀ ਨਿਭਾਇਆ। ਸੋ ਅੱਗੇ ਉਹਨਾਂ ਦਾ ਕਮਰਾ ਬਾਬਾ ਜੀ ਦਾ, ਧੰਨ ਧੰਨ ਬਾਬਾ ਹਜੂਰਾ ਸਿੰਘ ਮਹਾਰਾਜ ਜੀ ਦੇ ਹਜੂਰੀ ਸੇਵਕ, ਧੰਨ ਧੰਨ ਬਾਬਾ ਜਗਰੂਪ ਸਿੰਘ ਜੀ ਮਹਾਰਾਜ ਜਿਹੜੇ ਇਸ ਕਮਰੇ ਦੇ ਵਿੱਚ ਆਰਾਮ ਕਰਦੇ ਸੀ। ਉਸ ਵੇਲੇ ਇਹ ਕਮਰਾ ਬੜਾ ਛੋਟਾ ਅਤੇ ਕੱਚਾ ਸੀ, ਅੱਜ ਸੰਗਤ ਦੇ ਸਹਿਯੋਗ ਨਾਲ ਇਸ ਕਮਰੇ ਨੂੰ ਵੀ ਨਵਾਂ ਰੂਪ ਦਿੱਤਾ ਗਿਆ, ਬਾਬਾ ਜੀ ਦਾ ਆਸਣ ਸਜਾਇਆ ਗਿਆ। ਇਸ ਸਥਾਨ 'ਤੇ ਬਾਬਾ ਜੀ ਨੇ ਆਪਣਾ ਸਮਾਂ ਬਤੀਤ ਕੀਤਾ। ਇਹ ਅਸਥਾਨ ਸਾਰੇ ਅਸਥਾਨਾਂ ਦਾ ਮਾਂ ਅਸਥਾਨ ਹੈ, ਇੱਥੋਂ ਹੀ ਸਾਰੇ ਅਸਥਾਨ ਪ੍ਰਗਟ ਹੋਏ ਆ, ਇੱਥੋਂ ਹੀ ਸਾਰੇ ਅਸਥਾਨਾਂ ਦੀ ਸ਼ੁਰੂਆਤ ਹੋਈ ਹੈ। ਸੋ ਸੰਗਤਾਂ ਦਾ ਬਹੁਤ ਬਹੁਤ ਫਿਰ ਧੰਨਵਾਦ, ਬੜੀ ਕਿਰਪਾ ਕੀਤੀ ਹੈ ਸਾਰੀ ਸਾਧ ਸੰਗਤ ਨੇ, ਦੇਸ਼ ਵਿਦੇਸ਼ ਦੀ ਨੇ, ਜਿਨ੍ਹਾਂ ਨੇ ਵੀ ਯੋਗਦਾਨ ਪਾਇਆ, ਸੇਵਾ ਕੀਤੀ। ਸਾਧ ਸੰਗਤ ਜੀ ਕਿਸੇ ਨੇ ਮਾਇਆ ਦੀ ਸੇਵਾ ਕੀਤੀ, ਕਿਸੇ ਨੇ ਹੱਥੀਂ ਲੰਗਰਾਂ ਦੀ ਸੇਵਾ ਕੀਤੀ, ਕਿਸੇ ਨੇ ਹੱਥੀਂ ਸੇਵਾ ਆ ਕੇ ਮਿਸਤਰੀਆਂ ਨਾਲ ਕਰਵਾਈ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮੈਂ ਜੀਵਾ ਸਿੰਘ ਉਹਨਾਂ ਦਾ, ਸਾਰੀ ਸੰਗਤ ਦਾ ਬਹੁਤ ਰਿਣੀ ਹਾਂ, ਬਹੁਤ ਸਤਿਕਾਰ ਕਰਦਾ ਉਹਨਾਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਵਾਰ ਵਾਰ ਕਿਰਪਾ ਕਰਨੀ, ਇਸੇ ਤਰ੍ਹਾਂ ਹੀ ਇਹ ਸੇਵਾਵਾਂ ਚੱਲਦੀਆਂ ਰਹਿਣ, ਮਹਾਂਪੁਰਖਾਂ ਦੇ ਸਥਾਨਾਂ ਤੋਂ ਬਾਣੀ ਪ੍ਰਵਾਹ ਚੱਲਦੇ ਰਹਿਣ, ਸੰਗਤਾਂ ਗੁਰੂ ਜੀ ਨਾਲ ਜੁੜਦੀਆਂ ਰਹਿਣ, ਗੁਰਬਾਣੀ ਨਾਲ ਜੁੜਦੀਆਂ ਰਹਿਣ ਅਤੇ ਆਪਣਾ ਜੀਵਨ ਸਫਲਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਵਾਹਿਗੁਰੂ 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 ਵਾਹਿਗੁਰੂ
वाहेगुरु 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 सारी उस तरह हो ही है। सो आप संगत दर्शन कर रहे हैं।
रहे हो। सच खंड वसै निरंकार कर कर विखे नजर निहार। आप श्री गुरु ग्रंथ साहब सच्चे पातशाह जी का अज प्रकाश हो चुके हैं। सो आप सतना ने प्रेम की श्रद्धा के नाल बड़ी सेवा की है। सतगुरु सबना की कीती सेवा ते सिमरन प्रवान करन सार संगत इस तरह संगतां नूं चढ़दियां कलां बख्शण। सो धन धन बाबा आनंद सिंह जी महापुरखां दा सालाना बरसी का समागम प्रारंभ है जो कि अज आपां इत्थे गौरी साहिब तप स्थान महापुरखां दा श्री अखंड पाठ साहिब जय नमो नमः भगवते
वाहे गुरु 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 वाहे वाहे गुरु वाहे गुरु वाहे गुरु वाहे।